ਤਾਂ ਹੁਣ ਹੋ ਗਿਆ ਕਹਿੰਦੇ ਫੁੱਲ ਹਨੇਰਾ ਅਤੇ ਚੱਲ ਉਹਨੂੰ ਲਾਈਟ ਮਾਰ ਕੇ ਦਿਖਾਓ ਬ੍ਰੇਕ ਦੱਬ ਦੇਖੋ ਕਿੰਨੀ ਸਲਾਹ ਲੱਗਦੀ ਹੈ ਚਲਾਈ ਚਲਾਈ ਅੜਕੋ ਚੈਨ ਵੀ ਕਿੰਨੀ ਸਲਾਹ ਲੱਗਦੀ ਹੈ ਨਾਲ ਅਤੇ ਥੱਲੇ ਬ੍ਰੇਕ ਨਾਲ ਬਿਲਕੁਲ ਸਹੀ ਹੋ ਗਿਆ ਕੰਮ ਅੜਕੋ ਚੈਨ ਕਿੰਨੀ ਘੈਂਟ ਲੱਗਦੀ ਆ ਸਾਰਾ ਕੁਛ ਸਿਰੇ ਲੱਗਦਾ ਲਾਈਟ ਨੂੰ ਟਲਾ ਕੰਮ ਵੀ ਹੋ ਗਿਆ ਅਤੇ ਕਿਹੜੀ ਸੁੱਚ ਵਾਲਾ ਹਾਰ ਨਾਲ ਇਹ ਕੰਮ ਵੀ ਹੋ ਗਿਆ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਦੀਪ ਅਤੇ ਤੁਸੀਂ ਦੇਖਦੇ ਹੋ ਪ੍ਰਦੀਪ ਵਲੌਗਸ ਮੈਂ ਹਰਸ਼ ਜਿਵੇਂ ਕਿ ਸਾਡੀ ਸਾਈਕਲ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਤੇ ਬਹੁਤ ਜ਼ਿਆਦਾ ਲਾਈਕ ਕਮੈਂਟ ਅਤੇ ਕਰ ਰਹੇ ਹੋ ਉਹਦੇ ਕਰਕੇ ਫਿਰ ਮੈਂ ਸੋਚਿਆ ਕਿ ਉਹਨਾਂ ਸਾਈਕਲ ਵਾਲੀ ਵੀਡੀਓ ਪਾਈ ਹੋ ਵੀ ਤੁਹਾਨੂੰ ਉਹੀ ਪਸੰਦ ਆ ਅਤੇ ਉਹਦੇ ਵਾਸਤੇ ਮੈਂ ਲਿਆਂਦੀਆਂ ਦੋ ਬੈਟਰੀਆਂ ਹੋਰ ਦੇਖੋ ਦੋ ਬੈਟਰੀਆਂ ਹੋਰ ਖਰਚਾ ਹੋ ਗਿਆ ਅਤੇ ਦੋ ਆਹ ਲਿਆਂਦੇ ਇਹ ਕਿਹਨੇ ਬਜਰ ਜਿਹੜੇ ਉਹ ਨਹੀਂ ਉਹਦੇ ਮੋਟਰ ਨਾਲ ਛੋਟੇ ਮੋਟਰ ਨਾਲ ਪੈਂਟੀ ਕੱਟ ਲਾਉਣਾ ਟੀ 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 ਕਰਦੇ ਹੁੰਦੇ ਨੇ ਉਹ ਆਈਟਮਾਂ ਤੁਹਾਨੂੰ ਚਲਾ ਕੇ ਦਿਖਾਉਣਾ ਮੈਂ ਇੱਕ ਮਿੰਟ ਇਹਦਾ ਆਪਾਂ ਬਣਾਵਾਂਗੇ ਹਾਰ ਨੱਚ ਦੀ ਵੀਡੀਓ 'ਚ ਵੀਡੀਓ ਪੂਰੀ ਜ਼ਰੂਰ ਦੇਖਿਓ ਤੁਹਾਨੂੰ ਹਾਰ ਬਣਾਉਣਾ ਸਿਖਾਵਾਂਗੇ ਅਤੇ ਹਾਰ ਨੂੰ ਬਣਾ ਕੇ ਦਿਖਾਵਾਂਗੇ ਅਤੇ ਬਾਕੀ ਹੁਣ ਵੀਡੀਓ ਨੂੰ ਆਪਾਂ ਕੰਟੀਨਿਊ ਕਰਦੇ ਹਾਂ ਘਰੇ ਜਾ ਕੇ ਅਤੇ ਜੀ ਮੈਂ ਆਪਣੀ ਸਾਈਕਲ 'ਤੇ ਨਾ ਦੋਨੋਂ ਪਾਸੇ ਬਜ਼ਰ ਲਾ ਦੂੰਗਾ ਅਤੇ ਇੱਕ ਸਵਿੱਚ ਲਾ ਦੂੰਗਾ ਜਿਹਨੂੰ ਉਹ ਟੀ ਟੀ ਕਰਨਗੇ ਯਾਨੀ ਕਿ ਇੱਕ ਹਾਰਨ ਦਾ ਰੂਪ ਲੈਣਗੇ ਊਂ ਤਾਂ ਆਪਾਂ 150-200 ਦਾ ਹਾਰਨ ਵੀ ਆਉਂਦਾ ਸਾਈਕਲ ਹੀ ਵਾਸਤੇ ਉਹ ਵੀ ਲਾ ਸਕਦੇ ਹਾਂ ਪਰ ਮੈਂ ਕਿਹਾ ਵੀ ਚੱਲ ਆਪਾਂ ਆਪ ਜਾਪ ਬਣਾਉਂਦੇ ਹਾਂ ਥੋੜ੍ਹਾ ਜਿਹਾ ਵਧੀਆ ਵੀ ਲੱਗੂਗਾ ਇਹ ਦੋਨੋਂ ਲਾਵਾਂਗੇ ਪਰ ਪਹਿਲਾਂ ਉਸ ਤੋਂ ਪਹਿਲਾਂ ਮੈਂ ਜਿਹੜੀਆਂ ਲਾਈਟਾਂ ਲਾਈਆਂ ਨਾ ਥੱਲੇ ਉਹ ਆਪਾਂ ਦੋ ਲਾਈਟਾਂ ਹੋ ਲਿਆਉਂਦੇ ਨੇ ਉਹ ਵੀ ਲਾ ਦਈਏ ਫਿਰ ਕਿਉਂਕਿ ਪਿਛਲੀ ਵੀਡੀਓ 'ਚ ਦੇਖਿਆ ਹੋਊਗਾ ਮੇਰੇ 'ਚ ਮੈਂ ਬ੍ਰੇਕ ਦਾ ਬੰਦਾ ਲਾਈਟ ਚੱਲ ਪੈਂਦੀ ਆ ਮੈਂ ਬ੍ਰੇਕ ਛੱਡਦਾ ਤਾਂ ਉਹ ਉਸੇ ਕਨੈਕਸ਼ਨ 'ਚ ਆਪਾਂ ਲਾ ਦੇਣੀ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਲਾਉਣੀ ਆ ਆਹ ਦੇਖੋ ਜੀ ਆਹ ਹੈਗੀ ਆਪਣੀ ਸਾਈਕਲ ਹੀ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਕਿਵੇਂ ਵਰਕ ਕਰਦੀਆਂ ਲਾਈਟਾਂ ਨੇ ਥੱਲੇ ਮੈਂ ਦੋ ਲਾਈਟਾਂ ਲੱਗੀਆਂ ਹੋਈਆਂ ਨੇ ਆਹ ਦੇਖੋ ਆਹ ਦੇਖੋ ਆਹ ਇੱਕ ਉਰੇ ਦੋ ਲਾਈਟਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਤਾਰਾਂ ਤੂਰਾਂ ਜਾ ਕੇ ਨਾ ਇਹਦਾ ਸਾਰਾ ਕਨੈਕਸ਼ਨ ਆਉਂਦਾ ਉਰੇ ਆਹ ਸੁੱਚ ਦਾ ਕੰਮ ਕਰ ਰਹੀ ਆ ਇੱਕ ਤਰ੍ਹਾਂ ਦਾ ਜਦੋਂ ਮੈਂ ਨਾ ਬ੍ਰੇਕ ਦੱਬਦਾ ਆਹ ਚੀਜ਼ ਆ ਜਿਹੜੀ ਆਹ ਦੇਖੋ ਐਂ ਹਿੱਲਦੀ ਆ ਅਤੇ ਆਹ ਵਾਲੀ ਇਹ ਆਹ ਵਾਲੀ ਤਾਰ ਅਤੇ ਆਹ ਵਾਲੀ ਤਾਰ ਇਹ ਆਪਸ 'ਚ ਜੁੜ ਜਾਂਦੀਆਂ ਜਿਹਦੇ ਨਾਲ ਫਿਰ ਯਾਨੀ ਕਿ ਉਹ ਲਾਈਟ ਚੱਲ ਪੈਂਦੀ ਆ ਦੇਖੋ ਜਦੋਂ ਬ੍ਰੇਕ ਦੱਬਦਾ ਇਹ ਇੱਥੇ ਆ ਕੇ ਆਹ ਦੇਖੋ ਆਹ ਜੁੜ ਗਈਆਂ ਨਾ ਉੱਥੇ ਲਾਈਟ ਮੱਚਣ ਲੱਗ ਜਾਂਦੀ ਹੈ ਜਦੋਂ ਛੱਡ ਦਿੰਦਾ ਫਿਰ ਇਹ ਬੰਦ ਹੋ ਜੂਗੀ ਯਾਨੀ ਕਿ ਇਹ ਦੋਨੋਂ ਤਾਰਾਂ ਆਪਸ 'ਚ ਜੁੜ ਜਾਂਦੀਆਂ ਜਦੋਂ ਬ੍ਰੇਕ ਦੱਬਦਾ ਕੋਲ ਆ ਜੁੜ ਜਾਂਦੀਆਂ ਨੇ ਅਤੇ ਇੱਥੇ ਲਾਈਟ ਲੱਗ ਜਾਂਦੀ ਹੈ ਅਤੇ ਹੁਣ ਆਪਾਂ ਇੱਥੋਂ ਕਨੈਕਸ਼ਨ ਤੋੜ ਕੇ ਜਾਂ ਫਿਰ ਇੱਥੋਂ ਤੋੜ ਕੇ ਥੱਲੇ ਦੋ ਲਾਈਟਾਂ ਹੋਰ ਐਕਸਟਰਾ ਲਾ ਦਾਂਗੇ ਜਿਵੇਂ ਤੁਹਾਨੂੰ ਦਿਖਾਉਣਾ ਲਾਈਟਾਂ ਲੈ ਕੇ ਆਉਂਦੀਆਂ ਨੇ ਮੈਂ ਆਹ ਦੇਖੋ ਤੁਸੀਂ ਬੈਟਰੀਆਂ ਹੋ ਗਈਆਂ ਮੇਰੇ ਕੋਲ ਆਹ ਤਾਂ ਹੈਗੇ ਨੇ ਆਪਣੇ ਹੋਰਨ ਜਿਹਨਾਂ ਨੂੰ ਆਪਾਂ ਬਜਰ ਕਹਿ ਦਿੰਦੇ ਹਾਂ ਹੈਗੀ ਆ ਟੇਪ ਆਹ ਹੈਗੀ ਬੈਟਰੀ ਜਿਹੜੀ 20 ਰੁਪਏ ਦੀ ਮਿਲ ਜਾਂਦੀ ਹੈ ਕਿਸੇ ਵੀ ਇਲੈਕਟ੍ਰੋਨਿਕ ਦੁਕਾਨ ਤੋਂ ਅਤੇ ਇਹ ਸਾਰਾ ਸਮਾਨ ਜਿਹੜਾ ਤੁਸੀਂ ਆਹ ਬਜਰ ਵਗੈਰਾ ਲਾਈਟਾਂ ਤੁਸੀਂ ਕਿਸੇ ਵੀ ਮੋਟਰਸਾਈਕਲ ਵਾਲੀ ਦੁਕਾਨ ਤੋਂ ਲੈ ਸਕਦੇ ਹੋ ਉੱਥੇ ਉਹਦੇ ਠੀਕ ਠੂਕ ਕਰਦੇ ਹੁਣ ਮੋਟਰਾਂ ਦਾ ਆਹ ਇੱਕ ਦੋ ਬਜਰ ਲਿਆਉਂਦੇ ਨੇ ਆਪਣੀ ਵਾਇਰ ਆ ਠੀਕ ਆ ਆਹ ਦੇਖੋ ਆਹ ਦੋਨੋਂ ਲਾਈਟਾਂ ਲਾਉਣੀਆਂ ਨੇ ਆਪਾਂ ਇਹ ਲਾਈਟਾਂ ਆਹ ਵੀ ਲਾਈਟ 30 ਰੁਪਏ ਦੀ ਆ ਆਹ ਵੀ ਲਾਈਟ 30 ਰੁਪਏ ਦੀ ਆ ਅਤੇ ਆਹ ਜਿਹੜਾ ਹੋਰਨ ਨਾਲ ਕਿ ਬਜਰ ਆ ਇਹ ਵੀ ਇੱਕ 30 ਰੁਪਏ ਦਾ ਹੀ ਆ ਜਿਹੜਾ ਕਿ ਇੰਡੀਕੇਟਰ 'ਚ ਨਹੀਂ ਕਰਦੇ ਹੁੰਦੇ ਟੀ 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 ਇਹ ਉਹੀ ਚੀਜ਼ ਆ ਅਤੇ ਹੁਣ ਆਪਾਂ ਪਹਿਲਾਂ ਲਾਈਟਾਂ ਫਿੱਟ ਕਰ ਦਈਏ ਬਾਕੀ ਫਿਰ ਕੰਟੀਨਿਊ ਕਰਦੇ ਹਾਂ ਆਪਣੀ ਸਾਈਕਲ ਦੀ ਚੈਨ ਜਾਂਦੀ ਹੈ ਚੈਨ ਆਪਾਂ ਉਰੇ ਲਾ ਦਾਂਗੇ ਜਦੋਂ ਉਰੇ ਲਾਵਾਂਗੇ ਨਾ ਥੱਲੇ ਨੂੰ ਚੈਨ ਤੇ ਲੈਣ ਮਾਰੂ ਅਤੇ ਫਿਰ ਆਪਾਂ ਚੈਨ ਸੋਹਣੀ ਲੱਗਣ ਲਾ ਲੈਣੀ ਆ ਅਤੇ ਆਪਾਂ ਯੈਲੋ ਚੂਜ਼ ਕਰ ਲੈਣਾ ਚਲੋ ਰੈਂਡਮਲੀ ਇਹਦਾ ਆਪਾਂ ਸਟੀਕਰ ਲਾਵਾਂਗੇ ਅਤੇ ਇਹਨੂੰ ਇੱਥੇ ਚਿਪਕਾ ਦਿੰਦੇ ਹਾਂ ਅਤੇ ਇਹੀ ਸੇਮ ਚੀਜ਼ ਆਪਾਂ ਉਧਰਲੇ ਪਾਸੇ ਕਰਨੀ ਆ ਇੱਕ ਪੰਗਾ ਪੈ ਗਿਆ ਦੇਖੋ ਇੱਥੇ ਤਾਂ ਇੱਥੇ ਸਟੈਂਡ ਆ ਗਿਆ ਉਹਦੇ ਲਾਗੇ ਅਤੇ ਸਾਡੀ ਸੇਜ 'ਚ ਨਹੀਂ ਹੈਗੀ ਹੁਣ ਆਪਾਂ ਨੂੰ ਥੋੜ੍ਹੀ ਅੱਗੇ ਪਿੱਛੇ ਕਰਕੇ ਇਹਦੀ ਸੇਜ 'ਚ ਲੈ ਕੇ ਆਉਣੀ ਪਊ ਪਹਿਲਾਂ ਨੂੰ ਪੱਟਦਾ ਜੇ ਪੱਟੀ ਗਈ ਲਾ ਦਿੰਦੇ ਹਾਂ ਜਿਹਦੇ ਨਾਲ ਇਹ ਇੱਕੋ ਜਿਹੀਆਂ ਲੱਗਣਗੀਆਂ
ਮੇਰੇ ਕੋਲ ਮੈਨੇ ਦੋਨੋਂ ਬੈਟਰੀਆਂ ਨਹੀਂ ਇੱਕਣ ਕਰ ਲਈਆਂ, ਤਾਰਾਂ ਕੱਢ ਲਈਆਂ, ਜਾਣੀ ਕਿ ਕਨੈਕਟਰ ਨਹੀਂ ਹੈਗਾ ਮੇਰੇ ਕੋਲ, ਤਾਂ ਕਰਕੇ ਚਿੱਪੀਆਂ ਨਾਲ ਸਾਰਨਾ ਪਿਆ, ਕਨੈਕਟਰ ਹੈਗਾ ਤੁਹਾਡੇ ਕੋਲ ਤਾਂ ਵਧੀਆ ਗੱਲ ਆ, ਅਤੇ ਇਹ ਦੋਨਾਂ ਦੀ ਬੈਟਰੀ ਮੈਂ ਉਰੇ ਲਾ ਰਿਹਾ, ਯਹਾਂ ਪਰ ਲਾ ਰਹਾ ਹੂੰ। ਇੱਕ ਮੁੰਡਾ ਕਹਿੰਦਾ ਹਿੰਦੀ ਬੋਲ ਲਿਆ ਕਰੋ, ਥੋੜ੍ਹੀ ਹਿੰਦੀ ਬੋਲ ਕੇ ਦੇਖਦੇ ਹਾਂ, ਅਤੇ ਆਹ ਯਾਨੀ ਕਿ ਹਿੰਦੀ ਬੋਲਣੀ ਸੀ ਮੈਂ ਤਾਂ ਨਾ, ਇਹ ਮੈਂ ਬੈਟਰੀ ਯਹਾਂ ਪੇ ਵੀ ਲਗਾ ਸਕਤਾ ਥਾ, ਲੇਕਿਨ ਯਹਾਂ ਪੇ ਕਿਉਂ ਲਗਾਈ, ਕਿਉਂਕਿ ਅਗਰ ਜਬ ਮੈਂ ਤਾਂ ਬੋਲੀ ਜਾਂਦੀ ਯਾਰ, ਦੇਖ ਯਾਰ ਉਰੇ ਬੈਟਰੀ ਤਾਂ ਨਹੀਂ ਲਾਈ, ਕਿਉਂਕਿ ਜੇ ਉਰੇ ਲਾਉਣਾ ਫਿਰ ਆਪਾਂ ਨੂੰ ਜਿੱਦਣ ਬੈਟਰੀ ਡਾਊਨ ਹੋ ਗਈ ਉਰੇ ਚੇਂਜ ਕਰਨੀ ਪੈ ਗਈ ਨਾ, ਫਿਰ ਉਰੋ ਲਾਈਟ ਵੀ ਪੁੱਟਣੀ ਪਊ। ਸੋ ਜੇ ਬੈਟਰੀ ਡਾਊਨ ਹੋ ਗਈ ਹੁਣ ਤਾਂ ਆਪਾਂ ਇੱਥੋਂ ਹੀ ਪੱਟ ਸਕਦੇ ਹਾਂ, ਇੱਥੋਂ ਹੀ ਪੱਟ ਸਕਦੇ ਹਾਂ, ਅਤੇ ਇੱਥੋਂ ਚੇਂਜ ਕਰ ਦਾਂਗੇ ਬੈਟਰੀ। ਆਹ ਆਪਾਂ ਨੂੰ ਲਾਈਟ ਨੂੰ ਛੇੜਨ ਦੀ ਲੋੜ ਨਹੀਂ ਹੈਗੀ, ਆਹ ਉਰੇ ਵੀ ਇਹੀ ਕੰਮ ਕਰਨਾ ਸੀ, ਪਰ ਗਲਤੀ ਕਰਤੀ, ਹੁਣ ਚਿਪਕੀਆਂ ਹੋਈਆਂ, ਚੱਲ ਕੋਈ ਨਹੀਂ ਰਹਿਣ ਦੇ, ਬਾਕੀ ਦੇਖਾਂਗੇ ਬਾਈ, ਦੋ ਚਾਰ ਦਿਨ ਰੱਖਣੀਆਂ ਮੈਂ ਪਤਾ ਨਹੀਂ। ਅਤੇ ਹੁਣ ਤੁਹਾਨੂੰ ਲਾ ਕੇ ਦਿਖਾਉਣਾ ਵੀ ਇਹ ਦੋਨੋਂ ਬੈਟਰੀਆਂ ਉਰੇ, ਬਾਕੀ ਇਹਨਾਂ ਨੂੰ ਕਨੈਕਸ਼ਨ ਦੇ ਕੇ ਇਹਨਾਂ ਨੂੰ ਵੀ ਬ੍ਰੇਕਾਂ ਦੀ ਕਰ ਦੇਣਾ। ਦੇਖੋ ਇਹ ਉੱਧਰ ਜਾ ਕੇ ਦਿਖਾਉਣਾ ਤੁਹਾਨੂੰ ਮੈਂ, ਜਿਵੇਂ ਨਾ ਬ੍ਰੇਕ ਦੱਬਦਾ ਜਦ ਉਹਨੂੰ ਚੱਲਦੀਆਂ ਨੇ, ਇਹਨਾਂ ਨਾਲ ਉਰੀ ਕਨੈਕਸ਼ਨ ਆਹ ਖੋਲ੍ਹ ਕੇ ਆਪਾਂ ਨਾ ਆਹ ਤਾਰ ਦਾ ਕਨੈਕਸ਼ਨ ਖੋਲ੍ਹ ਕੇ ਇਹਨਾਂ ਦੋਨਾਂ ਨੂੰ ਦੇ ਦੇਣਾ, ਤਾਂ ਕਿ ਇਹ ਬ੍ਰੇਕਾਂ 'ਤੇ ਹੋ ਜਾਣ। ਜਿਹੜੀ ਆ ਵਾਇਰਿੰਗ ਆ ਨਾ, ਇਹ ਬਹੁਤ ਜ਼ਿਆਦਾ ਸਿੰਪਲ ਆ, 2 ਮਿੰਟ ਦਾ ਕੰਮ ਆ ਵਾਇਰਿੰਗ ਕਰਨਾ, ਪਰ ਮੈਨੂੰ ਇਹ 'ਤੇ 45 ਮਿੰਟ ਹੋ ਗਏ ਵਾਇਰਿੰਗ ਕਰਦੇ ਨੂੰ। ਮੈਨੂੰ ਮੈਂ ਨਾ ਕਿਉਂਕਿ ਲਾਈਟਾਂ ਪਹਿਲੀਆਂ ਅੱਧੀਆਂ ਲੱਗੀਆਂ ਹੋਈਆਂ, ਅੱਧੀਆਂ ਹੁਣ ਲੱਗੀਆਂ ਹੋਈਆਂ ਨੇ, ਉਹਦੇ ਕਰਕੇ ਉਲਝ ਗਿਆ ਸੀਗਾ ਮੈਂ, ਪਰ ਤੁਹਾਨੂੰ ਮੈਂ ਫੋਟੋ ਆ ਰਹੀ ਆ, ਤੁਸੀਂ ਦੇਖ ਸਕਦੇ ਹੋ ਇੱਕਣ ਇੱਕਣ ਵਾਇਰਿੰਗ ਕੀਤੀ ਹੋਈ ਆ, ਪਰ ਇਹਦੇ 'ਤੇ ਮੈਂ ਉਲਝ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਤਾਰਾਂ ਹੋ ਗਈਆਂ ਜੀ। ਨਾ ਹੁਣ ਇਹਨੂੰ ਮੈਨੇਜ ਕਰਕੇ ਦੇਖਦਾ, ਉਸ ਤੋਂ ਬਾਅਦ ਤੁਹਾਨੂੰ ਦੱਸਦਾ ਕਿਵੇਂ ਦਾ। ਆਹ ਤੁਸੀਂ ਫੋਟੋ ਜਿਹੜੀ ਦੇਖ ਲਈ, ਇੱਕਣ ਦੀ ਵਾਇਰਿੰਗ ਕੀਤੀ ਹੋਈ ਆ, ਅਤੇ ਬਾਕੀ ਹੁਣ ਇਹਨੂੰ ਮੈਨੇਜ ਕਰਕੇ ਦਿਖਾਉਣਾ ਕਿਵੇਂ ਹੋ ਗਿਆ ਕਿਵੇਂ ਨਾ। ਆਹ ਦੇਖੋ ਜੀ, 1, 2, 3, 4 ਅਤੇ ਥੱਲੇ 2, 1, 2, 3, 4 ਚਾਰ ਦੀਆਂ ਚਾਰ ਬੈਟਰੀਆਂ, ਚਾਰ ਉਹ ਦੋ ਸਾਰੀ ਵਾਇਰਿੰਗ ਕਰਤੀ। ਦੇਖੋ ਹੁਣ ਤੁਸੀਂ ਬਿਲਕੁਲ ਸਾਫ ਕਰਤਾ ਮੈਂ ਐਂ, ਹੁਣ ਇਹ ਉਰੋਂ ਤਾਂ ਦਿਖਦੀ ਹੈ ਵਾਇਰਿੰਗ, ਜੋ ਆਪਾਂ ਸਿੱਧੀ ਕਰਦਾ ਹੈਂਗਲ ਨੂੰ ਫਿਰ ਦਿਖਣੀ ਨਹੀਂ ਹੈਗੀ, ਅਤੇ ਹੁਣ ਇਹ ਪੂਰੀ ਕੰਪਲੀਟ ਆ। ਦੇਖੋ ਬ੍ਰੇਕ ਦਾ ਵੀ ਦਿਖਾਉਣਾ ਤੁਹਾਨੂੰ, ਆਹ ਦੇਖੋ ਸਾਰੀਆਂ ਚੱਲਦੀਆਂ ਨੇ, ਉਹ ਵੀ ਚੱਲਦੀ ਆ, ਅਤੇ ਆਹ ਚੀਜ਼ ਆਹ ਤਾਰਾਂ ਜੁੜ ਜਾਂਦੀਆਂ ਨੇ ਫਿਰ ਚੱਲ ਪੈਂਦੀਆਂ, ਅਤੇ ਉਹਨਾਂ ਨੂੰ ਸਿੱਧੀ ਕਰਦੇ ਹਾਂ। ਅਤੇ ਹੁਣ ਇਹ ਤੋਂ ਪਹਿਲਾਂ ਕਿ ਹਨੇਰਾ ਹੋਵੇ, ਆਪਾਂ ਹਾਰਨ ਵੀ ਜਿਹੜੇ ਫਿੱਟ ਕਰ ਦਈਏ, ਕੁਛ ਨਹੀਂ ਹੋਇਆ ਹਜੇ ਤੱਕ, ਇੰਨਾ ਟਾਈਮ ਹੋ ਗਿਆ ਮੈਨੂੰ, ਹੁਣ ਹਾਰਨ ਲਾਉਣਾ। ਅਤੇ ਹੁਣ ਆਪਣਾ ਆਹ ਹੋ ਗਿਆ ਲਾਈਟਾਂ ਵਾਲਾ ਸਿਸਟਮ, ਅਤੇ ਹੁਣ ਆਪਾਂ ਲਾਉਂਦੇ ਆਪਣੇ ਹਾਰਨ, ਜਿਹੜੇ ਕਿ ਆਹ ਨੇ ਬਜ਼ਰ, 30 ਰੁਪਏ ਦਾ ਵੀ ਇੱਕ ਆਇਆ, ਆਪਣੀ ਬੈਟਰੀ ਅਲੱਗ ਤੋਂ ਲੈਣੀ ਪਊ। ਇਹ ਮੋਟਰਸਾਈਕਲਾਂ ਦੇ ਉਹਦੇ 'ਚ ਵਰਤਿਆ ਜਾਂਦਾ, ਪਰ ਹੁਣ ਮੈਂ ਸੋਚ ਰਿਹਾ ਵੀ ਲਾਵਾਂ ਤਾਂ ਲਾਵਾਂ ਕਿੱਥੇ। ਦੇਖੋ ਜੇ ਤਾਂ ਮੈਂ ਲੁੱਕ ਦੇਣੀ ਆ ਜਿਵੇਂ ਮੋਟਰਸਾਈਕਲਾਂ ਦਿੰਦੇ ਆ, ਫਿਰ ਤਾਂ ਉਰੇ ਲੱਗਣਗੇ। ਜੇ ਫਿਰ ਮੈਂ ਊਂ ਦੇਖਣੇ ਆ, ਫਿਰ ਊਂ ਉਹ ਘਰੇ ਲਾ ਦਈਏ, ਨਹੀਂ ਉਰੇ ਉਰੇ ਲਾਉਂਦੇ ਆ, ਪਰ ਆਪਾਂ ਨੂੰ ਉਰੇ ਲਾ ਕੇ ਦਿਖਾਉਣਾ ਤੁਹਾਨੂੰ ਮੈਂ ਕਿਵੇਂ ਬਣਿਆ। ਬੈਟਰੀ ਹੁਣ ਚਲਾ ਕੇ ਦਿਖਾਉਣਾ ਕਿਵੇਂ ਚੱਲਦੇ ਨੇ, ਤੇ ਹੁਣ ਇਹਦਾ ਆਪਾਂ ਸਵਿੱਚ ਨਾਲ ਕਨੈਕਸ਼ਨ ਕਰਦੇ ਜਿਹੜੀ ਕਿ ਉਰੇ ਲੱਗੀ ਹੋਈ ਆ। ਇਹ ਸਵਿੱਚ ਪਹਿਲਾਂ ਹੀ ਲੱਗੀ ਹੋਈ, ਜੇ ਤੁਹਾਨੂੰ ਨਹੀਂ ਪਤਾ ਕਿਵੇਂ ਸਵਿੱਚ ਲੱਗੀ ਸੀ ਕਿ ਨਹੀਂ ਲੱਗੀ, ਤਾਂ ਆਪਣੀ ਪੁਰਾਣੀ ਵੀਡੀਓ ਜਾ ਕੇ ਜ਼ਰੂਰ ਦੇਖਿਓ। ਤੁਹਾਡੀ ਬੈਟਰੀ ਆ ਜਿਹੜੀ ਉਹ ਮੈਂ ਪਿਛਲੇ ਪਾਸੇ ਲਗਾ ਰਿਹਾ, ਇਹ ਇੱਧਰਲੇ ਪਾਸੇ ਦੀ ਬੈਟਰੀ ਲਗਾ ਰਿਹਾ ਮੈਂ।
ਆ ਦੇਖੋ ਜੀ ਆਹ ਹੈਗੀ ਸੁੱਚ ਅਤੇ ਦੋਨੋਂ ਇਹ ਲੱਗ ਗਏ ਅਤੇ ਦੋਨੋਂ ਹੁਣ ਆਇਆ ਤੁਹਾਨੂੰ ਇਹ ਵਾਇਰਿੰਗ ਜੀ ਸੈੱਟ ਕਰਕੇ ਦਿਖਾਉਣਾ ਸ਼ਾਮ ਹੋ ਗਈ ਹੁਣ ਤਾਂ ਹੁਣ ਪੂਰਾ ਕੰਪਲੀਟ ਹੋ ਗਿਆ ਦੇਖਣ ਨੂੰ ਤਾਂ ਹਾਰਨ ਜੇ ਕੁਛ ਖਾਸ ਲੱਗ ਨਹੀਂ ਰਹੇ ਮੈਨੂੰ ਦੇਖਣ ਨੂੰ ਦੇਖਣ ਨੂੰ ਤਾਂ ਭੈੜੇ ਲੱਗ ਰਹੇ ਨੇ ਇਹਨਾਂ ਨੂੰ ਮੈਂ ਬਾਅਦ 'ਚੋਂ ਟੇਪ ਟੂਪ ਲਾ ਕੇ ਥੋੜ੍ਹੇ ਜਿਹੇ ਸਹੀ ਕਰ ਦੂੰ ਅਤੇ ਆਹ ਦੇਖੋ ਬ੍ਰੇਕ ਨਾਲ ਬਿਲਕੁਲ ਸਹੀ ਹੋ ਗਿਆ ਕੰਮ ਦੇਖੋ ਚੈਨ ਕਿਹੜੀ ਘੈਂਟ ਲੱਗਦੀ ਆ ਸਾਰਾ ਕੁਛ ਸਿਰੇ ਲੱਗਦਾ ਲਾਈਟ ਲੁੱਟ ਵਾਲਾ ਕੰਮ ਵੀ ਹੋ ਗਿਆ ਅਤੇ ਕਿਹੜੀ ਸੁੱਚ ਵਾਲਾ ਹਾਰਨ ਵਾਲਾ ਵੀ ਕੰਮ ਵੀ ਹੋ ਗਿਆ ਦੇਖੋ ਅਤੇ ਹੁਣੇ ਲੈ ਕੇ ਜਾਂਦੇ ਥੱਲੇ ਤਾਂ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਤਾਂ ਹੁਣ ਹੋ ਗਿਆ ਕਹਿੰਦੇ ਫੁੱਲ ਹਨੇਰਾ ਅਤੇ ਚੱਲ ਉਹਨੂੰ ਲਾਈਟ ਮਾਰ ਕੇ ਦਿਖਾਓ ਬ੍ਰੇਕ ਦੱਬ ਦੇਖੋ ਕਿੰਨੀ ਸਿਰਾ ਲੱਗਦੀ ਚਲਾਈ ਚਲਾਈ ਅੜਕੋ ਚੈਨ ਵੀ ਕਿੰਨੀ ਸਿਰਾ ਲੱਗਦੀ ਇਹਦੇ ਨਾਲ ਅਤੇ ਥੱਲੇ ਪੈਟਰਨ ਜਿਹਾ ਬਣਦਾ ਰੰਗ ਜਿਹਾ ਕਿੰਨਾ ਸਿਰੇ ਲੱਗਦਾ ਫਿਰ ਇੱਧਰ ਉਹ ਰੈੱਡ ਕਲਰ ਦਾ ਆਹ ਦੇਖੋ ਸਰੀ ਲੱਗਦੀ ਆ ਆਹ ਵੀ ਲਾਣਾ ਮੂਰਲੀ ਅਤੇ ਹਾਰਨ ਵੀ ਦੱਬਦੇ ਇਹ ਜਿਹੜੇ ਹਾਰਨ ਚੁੱਪ ਕਰੋ ਜਿਹੜੇ ਹਾਰਨ ਨੇ ਇਹ ਆਪਾਂ ਨੂੰ ਉਰੇ ਖੜਨ ਨੂੰ ਤਾਂ ਘੱਟ ਏ ਸੁਣਦੇ ਨੇ ਪਰ ਇਹ ਬਹੁਤ ਦੂਰੋਂ ਸੁਣਦੇ ਆਉਂਦੇ ਨੇ ਹਨਾ ਓਏ ਸਹੀ ਗੱਲ ਆ ਇਹ ਬਹੁਤ ਦੂਰੋਂ ਹੀ ਸੁਣਦੇ ਆਉਂਦੇ ਨੇ ਨਹੀਂ ਸਿਰਾ ਚੀਜ਼ ਆ ਇਹ ਪੂਰੀ ਬਸ ਇੰਨੀ ਕੁ ਮੋਡੀਫਿਕੇਸ਼ਨ ਕਰਨੀ ਸੀ ਜੇ ਹੁਣ ਹੋਰ ਤਾਂ ਕੁਛ ਕਰ ਨਹੀਂ ਸਕਦੇ ਬੰਦ ਕਰਨ ਨੂੰ ਅਤੇ ਹੋਰ ਤਾਂ ਕੁਛ ਕਰ ਨਹੀਂ ਸਕਦੇ ਜੇ ਤੁਹਾਨੂੰ ਪਤਾ ਵੀ ਕੁਛ ਹੋਰ ਕੀ ਕਰੀਏ ਤਾਂ ਕਮੈਂਟ ਜ਼ਰੂਰ ਦੱਸਿਓ ਅਤੇ ਮੇਰੇ ਤੋਂ ਹਿੰਦੀ ਨਹੀਂ ਬੋਲੀ ਜਾਂਦੀ ਕੋਈ ਕਮੈਂਟ ਨਾ ਕਹੋ ਵੀ ਹਿੰਦੀ ਬੋਲ ਕਿਆਣਾ ਕਹਿੰਦਾ ਹਿੰਦੀ ਬੋਲ ਬਸ ਫਿਰ ਜੇ ਹੋਰ ਕੋਈ ਤੁਹਾਡੇ ਉਹ 'ਚ ਹੈਗਾ ਵੀ ਅੱਗੇ ਕੀ ਕਰਿਆ ਜਾਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਉਹ ਕੋਣੇ ਕਰਾਂਗੇ ਲਾਈਟ ਵੀ ਮਾਰ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਉਹ ਬੱਚੇ ਦੇਖੋ ਕੀ ਆਈਟਮਾਂ ਨੇ ਇਹ ਪਤਾ ਕੀ ਹੋਇਆ ਮੈਂ ਭੁੱਲ ਗਿਆ ਵੀ ਇਹ ਸੌਕਰ ਨੇ ਜਿਹੜੇ ਉਹ ਦੱਬੇ ਜਾਂਦੇ ਹੁੰਦੇ ਨੇ ਦੇਖੋ ਮੈਂ ਦੱਬਦਾ ਇਹ ਵਿੱਚ ਨੂੰ ਵੜ ਕੇ ਇੱਥੇ ਵੜ ਕੇ ਸਪੀਕਰ ਸੌਕਰ ਜਿਹੜੇ ਵਿੱਚ ਵੱਗ ਗਿਆ ਆਹ ਚੀਜ਼ ਜਿਹੜੀ ਇਹ 'ਚ ਲੱਗੀ ਜਾ ਕੇ ਆਪਣਾ ਆਹ ਹੋ ਗਿਆ ਇੰਨਾ ਸੁੱਕਰ ਇਹਦਾ ਨਾ ਹੋ ਗਿਆ ਇਹ ਵੀ ਹੋ ਗਿਆ ਉਹ ਨਾ ਭੰਨਣਾ ਹੋ ਗਿਆ ਭਾਈ ਵੀ ਟੁੱਟ ਗਿਆ ਪਰ ਉਹ ਚੰਗੀ ਗੱਲ ਇਹ ਆ ਵੀ ਦੋਨੋਂ ਚੱਲਦੇ ਨੇ ਦੋਨੋਂ ਸੁਣ ਕੇ ਦੇਖੀ ਦੋਨੋਂ ਚੱਲਦੇ ਨੇ ਸੁਣ ਕੇ ਦੇਖ ਦੋਨੋਂ ਚੱਲਦੇ ਨੇ ਇੱਧਰ ਲਾ ਫੇਵਿਕੁਕ ਲਾਊਂਗਾ ਫੇਰ ਸੈੱਟ ਆਊ ਫੇਵਿਕੁਕ ਲਾਵਾਂਗੇ ਕਹਿੰਦੇ ਫੇਵਿਕੁਕ ਇੱਥੇ ਲਾਉਣ ਦੀ ਭੁੱਲ ਨਾ ਕਰਿਓ ਸਾਈਡਾਂ ਤੇ ਲਾ ਲਓ ਜਿਹੜਾ ਥੱਲੇ ਨਾ ਲੱਗਣ ਦੇ